ਕਿਸਾਨਾਂ ਦੇ ਖਿਲਾਫ ਬਹੁਤ ਮੰਗੇ ਭੱਦੇ ਸ਼ਾਦਪੁਰ ਇਸ ਕਰਕੇ ਅਸੀਂ ਇਹਦੀ ਫਿਲਮ ਇੱਥੇ ਨਹੀਂ ਕਰਾ ਰਹੇ ਪੂਰੇ ਪੰਜਾਬ ਪੂਰੇ ਹਿੰਦੁਸਤਾਨ ਕਰਾ ਰਹੇ ਹਾਂ ਅੱਛਾ ਇਸ ਕਰਕੇ ਤਾਂ ਕਰਾ ਰਹੇ ਕਿ ਇਹ ਪੱਕਾ ਮੋਦੀ ਦਾ ਭਗਤ ਸੀਗਾ ਇਹਨ ਉਹਦੇ ਕਹੇ ਤੇ ਇਹ ਸਾਡੇ ਤੇ ਹਮਲੇ ਕੀਤੇ ਕਾਫੀ ਹਮਲੇ ਕੀਤੇ ਪਹਿਲਾਂ ਸਾਡਾ ਕੋਈ ਨਹੀਂ ਸੀ ਹੁਣ ਇਹਦੀ ਫਿਲਮ ਰਿਲੀਜ਼ ਹੋਣ ਲੱਗੀ ਆ ਹੁਣ ਅਸੀਂ ਇਹ ਤੇ ਹਮਲਾ ਕਰਨ ਲੱਗੇ ਕਿਉਂ ਬੰਦ ਕਰਾਉਣ ਲੱਗੇ ਆ ਹੁਸ਼ਿਆਰਪੁਰ ਚ ਅੱਜ ਮਾਹੌਲ ਉਸ ਸਮੇਂ ਗਰਮਾ ਗਿਆ ਜਦੋਂ ਬਾਲੀਵੁੱਡ ਐਕਟਰ ਅਕਸ਼ੇ ਕੁਮਾਰ ਦੀ ਰਿਲੀਜ਼ ਹੋਈ ਫਿਲਮ ਦਾ ਕਿਸਾਨਾਂ ਵੱਲੋਂ ਜ਼ੋਰਦਾਰ ਵਿਰੋਧ ਕੀਤਾ ਗਿਆ ਅਤੇ ਕਿਸਾਨਾਂ ਨੇ ਅਕਸ਼ੇ ਕੁਮਾਰ ਦੇ ਖਿਲਾਫ ਨਾਰੇਬਾਜ਼ੀ ਵੀ ਕੀਤੀ ਉਧਰ ਇਸ ਸੰਬੰਧੀ ਸੂਚਨਾ ਮਿਲਦਿਆਂ ਹੀ ਮੌਕੇ ਤੇ ਵੱਡੀ ਗਿਣਤੀ ਚ ਪੁਲਿਸ ਪਹੁੰਚੀ ਜਿਨ੍ਹਾਂ ਵੱਲੋਂ ਕਿਸਾਨਾਂ ਨੂੰ ਸ਼ਾਂਤ ਕਰਵਾਇਆ ਗਿਆ ਅਕਸ਼ੇ ਕੁਮਾਰ ਦੀ ਫਿਲਮ ਬੰਦ ਕਰੋ ਬੰਦ ਕਰੋ ਬੰਦ ਕਰੋ ਅਕਸ਼ੇ ਕੁਮਾਰ ਦੀ ਫਿਲਮ ਬੰਦ ਕਰੋ ਬੰਦ ਕਰੋ ਬੰਦ ਕਰੋ ਅਕਸ਼ੇ ਕੁਮਾਰ ਮਰਦਾਬਾਦ 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 अक्षय कुमार मुर्दाबाद 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 अक्षय कुमार मुर्दाबाद 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 अक्षय इस ਦੇ ਨਾਲ ਹੀ ਕਿਸਾਨਾਂ ਨੇ ਕਿਹਾ ਅਕਸ਼ੈ ਕੁਮਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੱਕਾ ਭਗਤ ਹੈ ਉਸ ਵੱਲੋਂ ਕਦੇ ਵੀ ਕਿਸਾਨਾਂ ਦੇ ਹੱਕ 'ਚ ਕੋਈ ਬਿਆਨ ਨਹੀਂ ਦਿੱਤਾ ਗਿਆ ਸਗੋਂ ਹਮੇਸ਼ਾ ਹੀ ਕਿਸਾਨਾਂ ਦੇ ਖਿਲਾਫ ਜ਼ਹਿਰ ਉਗਲਿਆ ਗਿਆ ਹੈ ਬੰਦ ਕਰਾਉਣ ਪਹੁੰਚੇ ਹੋ ਕੀ ਰੋਸ਼ ਹੈ ਇਹ ਨਾ ਬਾਇਜ ਕਰਕੇ ਸਾਡੇ ਕਿਸਾਨ ਮੋਰਚੇ ਦੇ ਖਿਲਾਫ ਤੇ ਕਿਸਾਨਾਂ ਦੇ ਖਿਲਾਫ ਬਹੁਤ ਮੰਗੇ ਭੱਦੇ ਸ਼ਾਦਪੁਰ ਇਸ ਕਰਕੇ ਅਸੀਂ ਇਹਦੀ ਫਿਲਮ ਇੱਥੇ ਨਹੀਂ ਕਰਾ ਰਹੇ ਪੂਰੇ ਪੰਜਾਬ ਪੂਰੇ ਹਿੰਦੁਸਤਾਨ ਕਰਾ ਰਹੇ ਹਾਂ ਅੱਛਾ ਇਸ ਕਰਕੇ ਤਾਂ ਕਰਾ ਰਹੇ ਕਿ ਇਹ ਪੱਕਾ ਮੋਦੀ ਦਾ ਭਗਤ ਸੀਗਾ ਇਹਨ ਉਹਦੇ ਕਹੇ ਤੇ ਇਹ ਸਾਡੇ ਤੇ ਹਮਲੇ ਕੀਤੇ ਕਾਫੀ ਹਮਲੇ ਕੀਤੇ ਪਹਿਲਾਂ ਸਾਡਾ ਕੋਈ ਨਹੀਂ ਸੀ ਹੁਣ ਇਹਦੀ ਫਿਲਮ ਰਿਲੀਜ਼ ਹੋਣ ਲੱਗੀ ਆ ਹੁਣ ਅਸੀਂ ਇਹ ਤੇ ਹਮਲਾ ਕਰਨ ਲੱਗੇ ਕਿਉਂ ਬੰਦ ਕਰਾਉਣ ਲੱਗੇ ਹਾਂ ਇਸ ਕਰਕੇ ਅਸੀਂ ਤਾਂ ਕਰਾ ਹੋਰ ਸਾਡੇ ਨਾਲ ਕੋਈ ਦੁਸ਼ਮਣੀ ਨਹੀਂ ਇਹਦੀ ਜ਼ਬਾਨ ਜਾਇਦਾ ਜੋ ਕਰਤੱਵ ਸੀ ਉਸ ਕਰਕੇ ਅਸੀਂ ਫਿਲਮ ਬੰਦ ਕਰਾ ਰਹੇ ਹਾਂ ਜਿਹੜਾ ਇਹ ਸਾਰਾ ਜਿਹੜਾ ਮਸਲਾ ਹੈਗਾ ਆ ਉਹ ਜਿਹੜਾ ਇਹ ਕਿਸਾਨ ਵਿਰੋਧੀ ਜਿਹੜਾ ਅਕਸ਼ੈ ਕੁਮਾਰ ਵਾ ਇਹ ਲਗਾਤਾਰ ਜਿਹੜਾ ਆ ਮੋਦੀ ਹਕੂਮਤ ਦੇ ਜਿਹੜੀਆਂ ਕਿਸਾਨ ਵਿਰੋਧੀ ਪਾਲਸੀਆਂ ਲੋਕ ਵਿਰੋਧੀ ਪਾਲਸੀਆਂ ਆ ਉਹਦਾ ਇਹ ਵੱਡਾ ਸਮਰਥਕ ਵਾ ਔਰ ਪਿਛਲੇ ਸਮੇਂ ਤੁਸੀਂ ਦੇਖਿਆ ਹੋਣਾ ਆ ਕਿ ਤੁਸੀਂ ਸਾਰੇ ਸਾਡੇ ਪੱਤਰਕਾਰ ਵੀਰ ਆਏ ਆ ਤਾਂ ਇਹਨੇ ਇੱਕ ਮੋਦੀ ਦੀ ਜਿਹੜੀ ਇੰਟਰਵਿਊ ਵੀ ਲਈ ਸੀਗੀ ਇਹ ਇੱਕ ਕਲਾ ਦੇ ਖੇਤਰ 'ਚੋਂ ਆ ਕੇ ਪੱਤਰਕਾਰਤਾ ਜਿਹੜੀ ਆ ਬੜੀ ਘਟੀਆ ਲੈਵਲ ਦੀ ਇਹਨੇ ਉਸ ਵੇਲੇ ਵੀ ਜਿਹੜੀ ਮੋਦੀ ਦੇ ਵਾਸਤੇ ਜਿਹੜੀ ਇੱਕ ਸਰਵਿਸ ਦਿੱਤੀ ਸੀਗੀ ਅਤੇ ਟੋਟਲ ਦੇ ਵਿੱਚ ਅਸੀਂ ਜਿਹੜੇ ਇਹਨੂੰ ਦੇਖਦੇ ਹਾਂ ਇਹ ਲੋਕ ਵਿਰੋਧੀ ਜਿਹੜੀ ਮੋਦੀ ਦੀਆਂ ਪਾਲਸੀਆਂ ਉਹਦਾ ਪੂਰਾ ਪੈਰੋਕਾਰ ਵਾ ਅਤੇ ਇਹਦੀ ਜਿਹੜੀ ਪਿਛਲੇ ਸਮੇਂ ਦੇ ਵਿੱਚ ਕਾਰਗੁਜ਼ਾਰੀ ਆ ਕਿਸਾਨ ਵਿਰੋਧੀ ਰਹੀ ਆ ਅਤੇ ਉਹਨੂੰ ਦੇਖਦੇ ਹੋਏ ਇਹਦੀ ਜਿਹੜੀ ਫਿਲਮ ਜਿਹੜੀ ਆ ਸੂਰਿਆਵੰਸ਼ੀ ਜਿਹੜੀ ਆ ਅਸੀਂ ਉਹਦਾ ਜਿੱਥੇ ਵਿਰੋਧ ਕਰਨ ਪਹੁੰਚੇ ਹਾਂ ਅਤੇ ਉਹਦਾ ਆਪਾਂ ਡੱਟ ਕੇ ਵਿਰੋਧ ਕਰਾਂਗੇ ਜਿਵੇਂ ਕਿ ਮੈਨੇਜਰ ਸਾਹਿਬ ਨੇ 4 ਵਜੇ ਤੱਕ ਦਾ ਟਾਈਮ ਲਿਆ ਉਸ ਤੋਂ ਬਾਅਦ ਵੀ ਇਹ ਨਾ ਬੰਦ ਕੀਤੀ ਗਈ ਬਿਲਕੁਲ ਅਸੀਂ ਜਿਹੜਾ ਉਹ ਸਾਡੇ ਨਾਲ ਗੱਲਬਾਤ ਹੋਈ ਮੈਨੇਜਰ ਸਾਹਿਬ ਦੀ ਅਗਰ ਇਹ ਫਿਲਮ ਨਹੀਂ ਬੰਦ ਕਰਦੇ ਤਾਂ ਅਸੀਂ ਆਪਣਾ ਜਿਹੜਾ ਪ੍ਰੋਗਰਾਮ ਆ ਉਹ ਅਗਲਾ ਸੰਘਰਸ਼ ਜਿਹੜਾ ਉਹ ਲੀਕਾਂਗੇ ਔਰ ਤਿੱਖਾ ਆਪਣਾ ਜਿਹੜਾ ਪ੍ਰੋਗਰਾਮ ਆ ਜ਼ਰੂਰ ਆਪਾਂ ਪ੍ਰੋਗਰਾਮ ਕਰਾਂਗੇ ਜਥੇਬੰਦੀਆਂ 'ਚ ਕਰੋਨਾ ਕਰਕੇ ਭਾਰੀ ਰੋਸ਼ ਹੈ ਅਤੇ ਉਹਨਾਂ ਵੱਲੋਂ ਸਾਫ਼ ਕਹਿ ਦਿੱਤਾ ਗਿਆ ਉਹ ਕਿਸੇ ਵੀ ਹਾਲਤ 'ਚ ਅਕਸ਼ੈ ਕੁਮਾਰ ਦੀ ਫਿਲਮ ਨਹੀਂ ਚੱਲਣ ਦੇਣਗੇ ਹੁਸ਼ਿਆਰਪੁਰ ਤੋਂ ਅਮਰੀਕ ਕੁਮਾਰ ਦੀ ਰਿਪੋਰਟ D5 ਚੈਨਲ ਪੰਜਾਬੀ D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ ਬੈਲ ਆਈਕਨ 'ਤੇ ਕਲਿੱਕ ਕਰੋ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗਿਆਨੀ ਸਾਹਿਬ ਸਿੰਘ ਜੀ ਸ਼ਾਹਬਾਦ ਮਾਰਕੰਡਾ ਵਾਲਿਆਂ ਨਾਲ ਕਰੋ ਸਿੱਧੀ ਗੱਲਬਾਤ ਅਤੇ ਜਾਣੋ ਗੁਰਬਾਣੀ ਦੇ ਅਰਥ ਰੋਜ਼ਾਨਾ ਪਾਠ ਕਰਨ ਵਾਲੇ ਇਹ ਪ੍ਰੋਗਰਾਮ ਜ਼ਰੂਰ ਦੇਖਣ ਅਤੇ ਗੁਰੂ ਸਾਹਿਬ ਦੀਆਂ ਅਸੀਸਾਂ ਦੇ ਪਾਤਰ ਬਣਨ ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਗੁਰਬਾਣੀ ਗਿਆਨ ਐਤਵਾਰ ਸਵੇਰੇ 7 ਤੋਂ 8 ਵਜੇ ਤੱਕ D5 ਚੈਨਲ ਪੰਜਾਬੀ 'ਤੇ ਕੀ ਹੁੰਦੀ ਹੈ ਜਮ੍ਹਾਂਬੰਦੀ ਕਿਵੇਂ ਬਣਦੀ ਹੈ ਵਸੀਅਤ ਜ਼ਮੀਨ ਜਾਇਦਾਦ ਦੇ ਹਰ ਮਸਲੇ 'ਤੇ ਕਰਾਂਗੇ ਚਰਚਾ ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਨਾਇਬ ਤਹਿਸੀਲਦਾਰ .com ਕਾਨੂੰਨ ਜਾਇਦਾਦ ਦਾ